नमस्कार दोस्तों, अमेजिंग एंटरटेनमेंट पर एक बार फिर से स्वागत है। सब्सक्राइब कीजिए हमारे चैनल को और बेल आइकन को भी दबाएं ताकि PSEL और अन्य चीट फंड कंपनियों की जानकारी सबसे पहले पाएं। अच्छा 25 तरीक नूं तुसीं सलाह दित्ती सी। हां जी 25 नूं सलाह दित्ती। मैं नहीं पा दे 25 तरीक नूं सलाह दे पकड़ दे मीडिया रख दे चल खालसा जी पार्टी शामिल भी करते हैं, बहुत वड्डी जिम्मेवारी भी दिंदे आ। भारतीय लोक सेवा दल के विच खालसा जी दा आउण ते असीं वेलकम करदे आं, स्वागत करदे आं। असीं साडी पार्टी पंजाब दे विच ऐसे चेहरे दी तलाश दे विच सीगी जिहड़ा चेहरा पंजाब दे लोकां लई धर्म लई हर वर्ग लई जिन्हें कुछ किया हो खालसा जी ने। खालसा जी दीआं जिहड़ियां भावनावां ने जां लोकां दी कदर आ, क्योंकि बतौर लीडर भी और बतौर एडवोकेट भी इन्हां ने आम लोकां दी गल कीती है। ते साडी पार्टी नूं ਇਹ ਜਿਹੇ ਲੀਡਰ ਦੀ ਤਲਾਸ਼ ਸੀ ਜਿਹਨੂੰ ਅਸੀਂ ਪੰਜਾਬ ਦੀ ਕਮਾਂਡ ਦੇ ਸਕੀਏ। ਅੱਜ ਅਸੀਂ ਖਾਲਸਾ ਜੀ ਨੂੰ ਪੰਜਾਬ ਪ੍ਰਧਾਨ ਅਨਾਊਂਸ ਕਰਦੇ ਹਾਂ ਪਾਰਟੀ ਦਾ। ਪਤਾ ਨਹੀਂ ਹੋਏ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਸੀ, ਅਕਾਲੀ ਅਤੇ ਤਿੰਨ ਸੀਟਾਂ ਅਲੋਟ ਹੋ ਗਈਆਂ ਸੀ। ਉਹ ਸੀਟਾਂ ਸੰਗਰੂਰ ਸੀ ਜਿੱਥੋਂ ਮੇਰਾ ਨਾਮ ਕਲੀਅਰ ਹੋ ਗਿਆ ਸੀ। ਮੈਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਵੱਲੋਂ ਚੋਣ ਲੜਨੀ ਸੀ, ਪਰੰਤੂ ਮੈਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਉਮੀਦਵਾਰ ਹੋਣਾ ਸੀ।
ਜਿਹਦੇ 'ਚ ਬੈਂਸ ਬਰਦਰ ਖਹਿਰਾ ਅਸੀਂ ਪੰਜਾਬੀ ਏਕਤਾ ਪਾਰਟੀ ਅਤੇ ਜੰਗ ਜੀ ਧਰਮਵੀਰ ਜੰਗ ਜੀ ਦੀ ਪੰਜਾਬੀ ਮੰਚ ਬਹੁਜਨ ਸਮਾਜ ਪਾਰਟੀ ਸ਼ਾਮਿਲ ਸੀ ਅਤੇ ਪਰੰਤੂ ਉਹ ਜਿਹੜੀਆਂ ਸੀਟਾਂ ਜਿਹੜੇ ਹੋ ਗਏ ਖਡੂਰ ਸਾਹਿਬ ਫਿਰੋਜ਼ਪੁਰ ਅਤੇ ਸੰਗਰੂਰ ਸਾਨੂੰ ਦਿੱਤੀਆਂ ਸੀ ਹੁਸ਼ਿਆਰਪੁਰ ਜਲੰਧਰ ਅਤੇ ਅਨੰਦਪੁਰ ਸਾਹਿਬ ਸੀਟਾਂ ਬਹੁਜਨ ਸਮਾਜ ਨੇ ਦਿੱਤੀਆਂ ਇਸ ਤੋਂ 15 ਦਿਨਾਂ ਬਾਅਦ ਸਰਦਾਰ ਵੀਰ ਬਲਵਿੰਦਰ ਸਿੰਘ ਜਿਹੜੇ ਸੀ ਉਹ ਸ਼ਾਮਿਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਾਲੇ ਕਹਿਣ ਲੱਗੇ ਜਿਹੜੇ ਆਪਣਾ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਰਦਾਰ ਸੇਵਾ ਸਿੰਘ ਸੇਖਵਾਂ ਅਤੇ ਅਨੰਦਪੁਰ ਸਾਹਿਬ ਦੀ ਸੀਟ ਅਸੀਂ ਵੀਰ ਬਲਵਿੰਦਰ ਸਿੰਘ ਨੂੰ ਦੇ ਉਸ ਰੋਏ ਰੱਖੇ ਉਹਨਾਂ ਨੇ ਕਿਹਾ ਕਿ ਸੀਟਾਂ ਪਹਿਲਾਂ ਤੈਅ ਹੋ ਗਈਆਂ ਉਸ ਰੋਏ 'ਚ ਇਹਨਾਂ ਨੇ ਅਲਾਇੰਸ ਪਾ ਸੋ ਜਿਹੜਾ ਅਸੀਂ ਇਕੱਲਾ ਟਕਸਾਲੀ ਪਾਰਟੀ ਕਿਸੇ ਨੂੰ ਕੌਣ ਲੜਨੀ ਕਿਉਂਕਿ ਨਾ ਕੋਈ ਯੂਨਿਟ ਪਾਇਆ ਸੰਗਰੂਰ 'ਚ ਆ ਨਾ ਕੋਈ ਯੂਨਿਟ ਜਿਹੜੀ ਆ ਬਰਨਾਲੇ 'ਚ ਆ ਉਹ ਤਾਂ ਮੇਰੀ ਜਾਤੀ ਲੜਾਈ ਜਿਹੜੇ ਮੇਰੇ ਪਿੱਛੇ ਬੰਦੇ ਆ ਬਰਨਾਲੇ ਜ਼ਿਲ੍ਹੇ 'ਚ ਸੰਗਰੂਰ ਜ਼ਿਲ੍ਹੇ 'ਚ ਉਹਨਾਂ ਨੇ ਜਾਣਾ ਇਹ ਕਾਰਨ ਸੀ ਕਿ ਟਕਸਾਲੀ ਦਾ ਉਮੀਦਵਾਰ ਅਲਾਇੰਸ ਦਾ ਉਮੀਦਵਾਰ ਉਹ ਇਹਨਾਂ ਨੇ ਦੇਖੋ ਮੈਂ ਕਿਹਾ ਕਿ ਆਰਥਿਕ ਮੁੱਦੇ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਕਿਸੇ ਪਾਰਟੀ ਨੇ ਟੱਚ ਨਹੀਂ ਕਰੇ ਆਪਣੇ ਮੈਨੀਫੈਸਟੋ 'ਚ ਸ਼ਾਮਿਲ ਨਹੀਂ ਕਰੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਸ਼ਾਮਿਲ ਨਹੀਂ ਕਰੇ ਸਭ ਤੋਂ ਵੱਡਾ ਮੁੱਦਾ ਕਿ ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਈਆ ਜਿਹੜਾ ਹੈਗਾ ਇਨਵੈਸਟਰ ਦਾ ਗਰੀਬ ਇਨਵੈਸਟਰ ਦਾ ਉਹਦੀ ਮਿਹਨਤ ਦੀ ਕਮਾਈ ਦਾ ਮਜ਼ਦੂਰ ਦਾ ਰੇਹੜੇ ਵਾਲੇ ਦਾ ਰਿਕਸ਼ੇ ਵਾਲੇ ਦਾ ਆਮ ਵਪਾਰੀ ਦਾ ਆਮ ਕਾਰੋਬਾਰੀ ਦਾ ਇਹ ਜਿਹੜੀ ਆ ਪਰਲ ਨੇ ਅਤੇ ਕਰਾਊਨ ਕੰਪਨੀਆਂ ਅਤੇ ਹੋਰ ਕੰਪਨੀਆਂ ਨੇ ਲੁੱਟੇ ਬਹੁਤ ਵੱਡਾ ਡਾਕਾ ਮਾਰਿਆ ਇਹਨਾਂ ਨੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਦਾ ਡਰਾਮਾ ਕਰਿਆ ਉਹਦੇ 'ਚੋਂ ਗ੍ਰਿਫਤਾਰ ਹੋ ਕੇ ਜ਼ਮਾਨਤ 'ਤੇ ਆ ਕੇ ਸਾਰੇ ਭਜਾਉੜੇ ਹੋ ਇਕੱਲਾ ਭੰਡੂ ਜਿਹੜਾ ਹੈਗਾ ਉਹ ਉਹਨੂੰ ਜੇਲ੍ਹ ਦਾ ਡਰਾਮਾ ਕਰ ਰਹੇ ਨੇ ਪਰੰਤੂ ਉਹ ਹਸਪਤਾਲ ਦੇ ਵਿੱਚ ਦਾਖਲ ਰਹਿੰਦਾ ਹੈ ਪਰੰਤੂ ਇੱਕ ਵੀ ਪੈਸਾ ਕਿਸੇ ਇਨਵੈਸਟਰ ਦਾ ਵਾਪਸ ਨਹੀਂ ਪਾ ਰਿਹਾ ਨਾ ਕਿਸੇ ਦੀ ਜਾਇਦਾਦ ਨਿਲਾਮ ਕੀਤੀ ਗਈ ਹੈ ਸੋ ਆਰਥਿਕ ਮੁੱਦੇ ਸਭ ਤੋਂ ਵੱਡੇ ਮੁੱਦੇ ਜਿਹੜੇ ਅੱਜ ਹੋਣੇ ਚਾਹੀਦੇ ਜਿਹਨੂੰ ਕੋਈ ਪਾਰਟੀ ਆਪਣੇ ਦੋਨੋਂ ਪੱਧਰ ਦੇ ਵਿੱਚ ਸ਼ਾਮਿਲ ਨਹੀਂ ਕਰ ਰਹੀ ਦੂਸਰਾ ਜਿਹੜਾ ਇਹ ਸ਼ਡਿਊਲ ਕਾਸਟ ਦੇ ਵਿਦਿਆਰਥੀ ਨੇ ਇਹਨਾਂ ਦੀ ਪੜ੍ਹਾਈ ਮੁਫਤ ਹੈ ਪਰੰਤੂ ਇਹਦੇ ਇਹ ਖਰਬਾਂ ਰੁਪਈਆ ਜਿਹੜੀਆਂ ਨੇ ਇਹ ਵਿਦਿਅਕ ਸੰਸਥਾਵਾਂ ਕੇਂਦਰ ਤੋਂ ਅਤੇ ਪੰਜਾਬ ਸਰਕਾਰ ਤੋਂ ਵਸੂਲ ਕਰ ਰਹੀਆਂ ਅਤੇ ਉਹਨਾਂ ਤੋਂ ਜਿਹੜੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਨੇ ਉਹਨਾਂ ਤੋਂ ਪਹਿਲਾਂ ਭਰਾ ਲੈਂਦੇ ਨੇ ਕਹਿ ਕੇ ਵੀ ਜਦੋਂ ਸਾਨੂੰ ਪੈਸੇ ਮਿਲਣਗੇ ਅਸੀਂ ਤੁਹਾਨੂੰ ਵਾਪਸ ਕਰ ਦਾਂਗੇ ਅਤੇ ਕੋਈ ਵਾਪਸ ਨਹੀਂ ਕਰਦਾ ਉਹ ਪੈਸੇ ਉਹਨਾਂ ਦੇ ਜਿਹੜੀ ਸਾਰੇ ਪਸੀਨੇ ਦੀ ਕਮਾਈ ਜਿਹੜਾ ਕਿ ਆਮ ਤੌਰ 'ਤੇ ਮਾਂ ਬਾਪ ਦੇਣ ਦੇ ਕਾਬਲ ਨਹੀਂ ਹੁੰਦੇ ਅਤੇ 90% ਦੇ ਨਹੀਂ ਸਕਦੇ 10% ਮੁਸ਼ਕਿਲ ਨਾਲ ਦਿੰਦੇ ਹੈ ਉਹ ਆਪਣੀ ਵਰਤੋਂ 'ਚ ਲੈ ਆਉਂਦੇ ਆ ਅਤੇ ਜਦੋਂ ਇਹ ਪੈਸੇ 1200 ਕਰੋੜ 800 ਕਰੋੜ 600 ਕਰੋੜ ਉਹਨਾਂ ਸੰਸਥਾਵਾਂ ਨੂੰ ਮਿਲਦੇ ਆ ਤਾਂ ਉਹ ਸੰਸਥਾਵਾਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਨੂੰ ਆਪਣੇ ਟੀਚਰਾਂ ਦੀਆਂ ਤਨਖਾਹਾਂ ਦੇਣ ਨੂੰ ਅਤੇ ਜਾਂ ਤਾਂ ਆਪਣੇ ਹੋਰ ਖਰਚੇ ਜਿਹੜੇ ਪੂਰੇ ਕਰਨ ਦੇ ਸਮਾਨ ਖਰੀਦਣ ਲਈ ਵਰਤਣਗੀਆਂ ਕਿਸੇ ਨੂੰ ਇੱਕ ਪੈਸਾ ਵਰਤ ਇਹ ਦੋਵੇਂ ਐਸੇ ਆਰਥਿਕ ਮੁੱਦੇ ਨੇ ਜਿਹੜੇ ਕਿਸੇ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਸ਼ਾਮਿਲ ਨਹੀਂ ਕੀਤੇ ਭਾਵਕ ਤਸਵੀਰਾਂ ਕਰਦੇ ਨੇ ਅਤੇ ਉਹ ਮਸਲੇ ਉਭਾਰਦੇ ਨੇ ਜਿਹੜੇ ਜਜ਼ਬਾਤਾਂ ਨੂੰ ਛੂਹਦੇ ਨੇ ਜਾਂ ਭਾਵਨਾਵਾਂ ਨੂੰ ਛੂਹਦੇ ਨੇ ਜਾਂ ਅਰਮਾਨਾਂ ਨੂੰ ਛੂਹਦੇ ਨੇ ਇਹ ਜਾਲੀ ਵਿਸ਼ੇ ਹੁੰਦੇ ਨੇ ਇਹਨਾਂ ਨੇ ਅਸਲੀ ਵਿਸ਼ਿਆਂ 'ਤੇ ਕੀ ਕਹਿੰਦੇ ਹੁੰਦੇ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕੀਤਾ ਜਿਹੜੇ ਹਕੀਕਤ ਨੇ ਹਕੀਕੀ ਵਿਸ਼ੇ ਨੇ ਅਤੇ ਹਰੇਕ ਬੰਦੇ ਦੀ ਆਰਥਿਕਤਾ 'ਤੇ ਵੱਡਾ ਪ੍ਰਭਾਵ ਪਾਉਂਦੇ ਆ ਆਰਥਿਕ ਚੀਜ਼ ਅੱਜ ਐਸੀ ਹੈ ਆਰਥਿਕ ਮੰਗ ਐਸੀ ਹੈ ਕਿ ਹਰੇਕ ਆਦਮੀ ਜਿਹੜਾ ਹੈ ਉਹ ਇਸ ਦੇ ਨਾਲ ਪ੍ਰਭਾਵਿਤ ਖਾਲਸਾ ਜੀ ਜਿਵੇਂ ਕਿ ਤੁਸੀਂ ਐਨ ਵਕਤ ਦੇ ਉੱਪਰ ਜਾ ਕੇ ਸ਼੍ਰੋਮਣੀ ਅਕਾਲੀ ਟਕਸਾਲੀ ਨੂੰ ਛੱਡਿਆ ਗਿਆ ਇਹ ਫੈਸਲੇ ਤੋਂ ਪਹਿਲਾਂ ਨਹੀਂ ਲਿੱਤੇ ਜਾ ਸਕਦੇ ਨਹੀਂ ਲੈ ਇਹ ਤਾਂ ਮੈਂ ਜਿੱਦੇ 6 ਵਜੇ ਆ ਉਹਦੇ 25 ਤਰੀਕ ਨੂੰ ਮੈਂ 8:30 ਵਜੇ ਟੈਲੀਫੋਨ ਕਰਕੇ ਦੱਸਤਾ ਪਾਰਟੀ ਪ੍ਰਧਾਨ ਨੂੰ ਦੱਸਤਾ ਕਿ ਮੇਰੇ ਤੋਂ ਹੁਣ ਲੜਿਆ ਨਹੀਂ ਜਾਣਾ ਮੈਂ ਇਹ ਵੀ ਕਿਹਾ ਕਿ ਜੇ ਕੋਈ ਹੋਰ ਉਮੀਦਵਾਰ ਖੜ੍ਹਾ ਕਰ ਸਕਦੇ ਹੋ ਤਾਂ ਉਹ ਖੜ੍ਹਾ ਕਰ ਦਿਉ ਮੈਂ ਉਹਦੇ ਨਾਲ ਬੰਦੇ ਤੋਰ ਦੂੰ 5 ਦਿਨ ਪਏ ਸੀ 25 ਨੂੰ 8:30 ਵਜੇ ਸਵੇਰੇ 25, 26, 27, 28, 29 ਅਤੇ ਅਖੀਰਲੇ ਦਾ ਕੀ ਵਿਸ਼ਾ ਹੋਇਆ ਉਹ ਤੋਂ ਪਹਿਲਾਂ ਵੀ ਮੈਂ ਕਹਿੰਦਾ ਰਿਹਾ ਵੀ ਅਲਾਇੰਸ ਨਹੀਂ ਬਣ ਰਿਹਾ ਅਲਾਇੰਸ ਨਹੀਂ ਬਣ ਰਿਹਾ ਇਹਨਾਂ ਨੇ ਜਦੋਂ ਜਨਰਲ ਨਿਜੇ ਸਿੰਘ ਨੂੰ ਵਿਡਰਾ ਕਰ ਦਿਆ ਕਹਿੰਦੇ ਅਸੀਂ ਬੀਬੀ ਖਾਲੜਾ ਦੀ ਹਮਾਇਤ ਦੇ ਵਿੱਚ ਵਿਡਰਾ ਕਰਦੇ ਅਤੇ ਉਸ ਸਮੇਂ ਮੈਨੂੰ ਪੁੱਛਿਆ ਤੱਕ ਹਾਲਾਂਕਿ ਮੇਰਾ ਉਹਦਾ ਇਹਨਾਂ ਕਿਸੇ ਨਾਲੋਂ ਘੱਟ ਨਹੀਂ ਮੈਂ ਸਾਬਕਾ ਐਮ ਪੀ ਹਾਂ ਸਾਬਕਾ ਐਮ ਪੀ ਓ ਇਹ ਨੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸੇਖਵਾਂ ਸਾਹਿਬ ਸਾਬਕਾ ਮੰਤਰੀ ਨੇ ਉਹ ਐਮ ਪੀ ਤੋਂ ਵੱਡਾ ਅਹੁਦਾ ਨਹੀਂ ਹੈ ਜਿਹੜਾ ਪੰਜਾਬ ਦੇ ਵਿੱਚ ਹੈ ਮੇਰੇ ਤੋਂ ਬਿਨਾਂ ਪੁੱਛੇ ਕਰ ਲਿਆ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਉੱਥੇ ਵਾਪਸ ਲੈਣਾ ਸੀ ਉਮੀਦਵਾਰ
ਆਪਣਾ ਇੱਥੇ ਖਡੂਰ ਸਾਹਿਬ ਤੋਂ ਤਾਂ ਇੱਥੋਂ ਜੱਸੀ ਜਸਰਾਜ ਨੂੰ ਵਰਤ ਲੈਂਦੇ ਇਹ ਜਿਹੜਾ ਲੋਕਤੰਤਰ ਸਾਹਿਬ ਪਾਰਟੀ ਦਾ ਸਮਝੌਤਾ ਤਾਂ ਇਸੇ ਗੱਲ 'ਤੇ ਹੋਇਆ ਸੀ ਅਤੇ ਸਮਝੌਤਾ ਜਿਹੜਾ ਹੁੰਦਾ ਇੱਕ ਤਰਫਾ ਹੋ ਜਾਂਦਾ ਹੁੰਦਾ ਫਿਰ ਤੁਸੀਂ ਉਹ ਵਰਤ ਲੈ ਲਿਆ ਮੇਰੇ ਤੋਂ ਬਿਨਾਂ ਪੁੱਛੇ ਲੈ ਲਿਆ ਮੈਂ ਤਾਂ ਇਹਨਾਂ ਨੂੰ 6 ਦਿਨ ਪਹਿਲਾਂ ਦੱਸ ਵੀ ਦਿੱਤਾ ਇਹਨਾਂ ਨੇ ਤਾਂ ਮਾਂ ਦੇ ਪੁੱਤਾਂ ਨੇ ਦੱਸੇ ਨਹੀਂ ਇਹ ਤਾਂ ਮੈਨੂੰ ਅਖਬਾਰ ਪੜ੍ਹ ਕੇ ਪਤਾ ਲੱਗਿਆ ਦੂਜੇ ਦਿਨ ਮੈਂ ਅਜੀਤ ਪੜ੍ਹਾਂ ਜੱਟਬਾਣੀ ਪੜ੍ਹਾਂ ਮਜਾਜ ਨੂੰ ਪੜ੍ਹਾਂ ਫਿਰ ਮੈਨੂੰ ਪਤਾ ਲੱਗਿਆ ਵੀ ਜੇ ਜੇ ਸਿੰਘ ਵਰਤ ਹੋ ਗਿਆ ਅਤੇ ਇਹਦੇ ਨਾਲੋਂ ਹੋਰ ਬੇਕਦਰੀ ਕੀ ਹੋ ਸਕਦੀ ਹੈ ਬੰਦੇ ਦੀ ਬਿਲਕੁਲ ਮੈਂ ਇਹਨਾਂ ਨੂੰ ਫਿਰ ਦੱਸਤਾ 5 ਦਿਨ ਪਹਿਲਾਂ ਦੇਖੋ ਜੀ ਟਕਸਾਲੀ ਛੱਡਣ ਦਾ ਕਾਰਨ ਆ ਵੀ ਉੱਥੇ ਕਦਰ ਜੀ ਉੱਥੇ ਕੋਈ ਨਹੀਂ ਅੰਡੋਲਿਆ ਕਰਤਾ ਤੁਸੀਂ ਫਰੰਟ ਤੋੜਤਾ ਪੰਜਾਬ ਦੇ ਵਿੱਚ ਤੀਜੇ ਫਰੰਟ ਨੇ ਜਿਹੜਾ ਮਾਨਾ ਸੀ ਜਿੱਥੇ ਮੈਂ ਸਭ ਤੋਂ ਤਾਕਤਵਰ ਉਮੀਦਵਾਰ ਸੀ ਇਹ ਜਿਹੜੀ ਸੀਟ ਸੀ ਸੰਗਰੂਰ ਦੀ ਇਹ ਕਿਸੇ ਤਰੀਕੇ ਨਾਲ ਹਿੱਲ ਨਹੀਂ ਸਕਦੀ ਸੀ ਇਹ ਜਿਤਨਾ ਹਾਰਨਾ ਵਾਹਿਗੁਰੂ ਦੇ ਪਾਸ ਹੁੰਦਾ ਮੈਂ ਉਹ ਨਹੀਂ ਪਰ ਇੱਕ ਨੂੰ ਕਹਿਣਾ ਪੈਂਦਾ ਵੀ ਮੈਂ ਹੀ ਜਿਤਨਾ ਸੀ ਬਿਲਕੁਲ ਨਾਲ ਕਹਿਣਾ ਸੀ ਅੱਜ ਅਸੀਂ ਉਸ ਪੁਜੀਸ਼ਨ 'ਚ ਨਹੀਂ ਸੀ ਇਹ ਕਾਰਨ ਕੋਈ ਛੋਟਾ ਕਾਰਨ ਹੈ ਤੁਸੀਂ ਜਦੋਂ ਅਲਾਇੰਸ ਹੀ ਨਹੀਂ ਬਣਨ ਦਿੱਤਾ ਜੇ ਜੱਸੀ ਜਸਰਾਜ ਨੂੰ ਕਿੰਨੀਆਂ ਵੋਟਾਂ ਪੈ ਜਾਣਗੀਆਂ ਸਾਰਿਆਂ ਨੂੰ ਪਤਾ ਵੀ ਕਿੱਥੇ ਖੜਾ ਜੱਸੀ ਜਸਰਾਜ ਕਿੱਥੇ ਖੜਾ ਜਿਹਨੂੰ ਇਹਨਾਂ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਉਮੀਦਵਾਰ ਬਣਾਤਾ ਇਸ ਤਰ੍ਹਾਂ ਤਾਂ ਨਹੀਂ ਉਮੀਦਵਾਰ ਹੁੰਦੇ ਇਹਨਾਂ ਨੇ ਉੱਥੋਂ ਜੇ ਜੇ ਸਿੰਘ ਵਾਪਸ ਲੈ ਲਿਆ ਆਪਦਾ ਹਲਕਾ ਇਹਨਾਂ ਦਾ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਉੱਥੋਂ ਸਿਟਿੰਗ ਐਮ ਪੀ ਨੇ ਜਿੱਥੋਂ ਇਹਨਾਂ ਨੇ ਵਾਪਸ ਲੈ ਲਿਆ ਉਮੀਦਵਾਰ ਇਹ ਮੇਰੀਆਂ ਗੱਲਾਂ ਕਰਦੇ ਸੰਗਰੂਰ 'ਚ ਤਾਂ ਕੋਈ ਗੱਲ ਹੀ ਨਹੀਂ ਹੈ तो साथियों इस वीडियो में बस इतना ही। अगर अभी तक हमारे चैनल को सब्सक्राइब नहीं किया है तो नीचे दिख रहे आइकॉन पर क्लिक करके सब्सक्राइब कर लें और बेल आइकॉन को भी दबा लें ताकि PACL और अन्य चिटफंड कंपनी से जुड़ी जानकारी आप लोगों को मिलती रहे।